ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਸੀਟ ਨੂੰ ਲੈ ਕੇ ਨਾਰਾਜ਼ ਚੱਲ ਰਹੇ ਮਹਿੰਦਰ ਸਿੰਘ ਕੇਪੀ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪਹਿਲਾਂ ਕੇਪੀ ਨੂੰ ਕਈ ਅਹੁਦਿਆਂ ਤੋਂ ਨਵਾਜ਼ ਚੁੱਕੀ ਹੈ, ਹੁਣ ਉਨ੍ਹਾਂ ਨੂੰ ਸੰਤੋਖ ਚੌਧਰੀ ਦਾ ਸਾਥ ਦੇਣਾ ਚਾਹੀਦਾ ਹੈ। ਕਈ ਥਾਵਾਂ ਨੇ, ਕੁਛ ਲੋਕ ਨੇ ਜਿਹੜੇ ਪੰਜਾਬ ਕਾਂਗਰਸ ਪਾਰਟੀ ਦੇ ਬਹੁਤ ਸੀਨੀਅਰ ਕੋਲੀਗਸ ਰਹੇ ਨੇ, ਸਾਡੇ ਰਾਈਟ ਅਪ ਟੂ CWC ਦੇ ਮੈਂਬਰ ਰਹੇ ਨੇ, PCC ਦੇ ਪ੍ਰਧਾਨ ਰਹੇ ਨੇ, MPs ਰਹੇ ਨੇ, MLAs ਰਹੇ ਨੇ। ਪਾਰਟੀ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਐਂਡ ਆਈ ਥਿੰਕ ਨਾਓ ਇਜ਼ ਦਾ ਟਾਈਮ। ਜੋ ਫੈਸਲਾ ਪਾਰਟੀ ਨੇ ਕੀਤਾ ਹੈ ਤਾਂ ਨੈਸ਼ਨਲ ਲੈਵਲ ਦੇ ਸ਼ੁਡ ਐਕਸੈਪਟ ਇਟ ਗ੍ਰੇਸਫੁਲੀ ਐਂਡ ਪਾਰਟੀ ਦੀ ਸਪੋਰਟ ਕਰਨ, ਸਾਡੇ ਕੈਂਡੀਡੇਟਸ ਦੀ ਸਪੋਰਟ ਕਰਨ। ਉਧਰ ਮਹਿੰਦਰ ਸਿੰਘ ਕੇਪੀ ਅਜੇ ਤੱਕ ਬਾਗੀ ਤੇਵਰ ਅਪਣਾਏ ਹੋਏ ਹਨ। ਉਹਨਾਂ ਵੱਲੋਂ ਆਜ਼ਾਦ ਲੜੇ ਜਾਣ ਦੇ ਲਗਾਤਾਰ ਸੰਕੇਤ ਦਿੱਤੇ ਜਾ ਰਹੇ ਨੇ। ਜਲੰਧਰ ਤੋਂ ਸੁਨੀਲ ਮਹਾਜਨ, ਜਗਬਾਣੀ TV।